हाँ जी दोस्तों, MED जॉब अलर्ट चैनल दे विच तुहाडा स्वागत है जी। पंजाब भर्ती दे संबंध विच बहुत बड़ा अपडेट नोटिफिकेशन लैके हाजिर हो चुके हैं इस वीडियो दे विच। इस वीडियो नूं पूरा ध्यान नाल अंत तक जरूर देखना, इस वीडियो दे अंत तक बने रहना जी। पूरी डिटेल दे विच जानकारी देवांगे, इस करके वीडियो नूं अंत तक जरूर देखना। जेकर तुसी साडे चैनल दे उत्ते पहली बार विजिट कर रहे हो, साडे चैनल नूं सबसक्राइब करन दे नाल नाल बैल आइकन नूं भी प्रेस कर देवो ਤਾਂ ਕਿ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਨੌਕਰੀ ਸੰਬੰਧੀ ਜਾਣਕਾਰੀ, ਪ੍ਰਾਈਵੇਟ ਨੌਕਰੀ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਨਵਾਂ ਅਪਡੇਟ ਹੈ, ਨੋਟੀਫਿਕੇਸ਼ਨ ਆਉਂਦਾ ਹੈ ਉਸ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਵੀ ਕੰਪੀਟੀਟਿਵ ਐਗਜ਼ਾਮ ਆਉਂਦਾ ਜੀ, ਉਸ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ। ਸਾਡਾ ਇੱਕ ਟੈਲੀਗ੍ਰਾਮ ਚੈਨਲ ਵੀ ਹੈ ਜੀ, ਜਿਸ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗਾ। ਸਾਡੇ ਉਸ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਲਵੋ, ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਹੈ ਉਸ ਦੀ PDF ਫਾਈਲ, ਕੋਈ ਨਵਾਂ ਅਪਡੇਟ ਆਉਂਦਾ ਹੈ, ਨੋਟੀਫਿਕੇਸ਼ਨ ਆਉਂਦਾ ਹੈ ਉਸ ਦੀ PDF ਫਾਈਲ, ਜਾਂ ਪੰਜਾਬ ਦੇ ਵਿੱਚ ਕੋਈ ਇਹੋ ਜਿਹੀ ਭਰਤੀ ਆਉਂਦੀ ਹੈ ਜਿਸ ਨੂੰ ਭਰਨ ਦੇ ਲਈ ਤੁਹਾਨੂੰ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੁੰਦੀ ਹੈ, ਉਸ ਦੀ PDF ਫਾਈਲ ਵੀ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਤੇ ਅਪਲੋਡ ਕਰਦੇ ਹਾਂ, ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਅਤੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ। ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਜੀ ਇਹ ਨੋਟੀਫਿਕੇਸ਼ਨ ਅਪਡੇਟ ਜਾਰੀ ਕੀਤਾ ਗਿਆ ਜੀ ਪੰਜਾਬ ਪੁਲਿਸ ਭਰਤੀ 2023 ਦੇ ਸੰਬੰਧ ਦੇ ਵਿੱਚ। ਪੰਜਾਬ ਪੁਲਿਸ ਰਿਕਰੂਟਮੈਂਟ ਪੋਰਟਲ ਦੇ ਉੱਤੇ ਜੀ ਨੋਟੀਫਿਕੇਸ਼ਨ ਅਪਡੇਟ ਜਾਰੀ ਕੀਤਾ ਗਿਆ, ਜਿਸ ਦੇ ਵਿੱਚ ਇਹਨਾਂ ਵੱਲੋਂ ਦੱਸਿਆ ਗਿਆ ਜੀ ਡਿਸਟ੍ਰਿਕਟ ਪੁਲਿਸ ਅਤੇ ਆਰਮਡ ਪੁਲਿਸ ਦੇ ਵਿੱਚ ਰਿਕਰੂਟਮੈਂਟ ਆਈ ਸੀ ਜੀ, ਪੋਸਟਾਂ ਸੀ ਪੁਲਿਸ ਸਬ ਇੰਸਪੈਕਟਰ ਦੀਆਂ ਇਨ ਕੈਡਰੇ ਆਫ ਡਿਸਟ੍ਰਿਕਟ ਪੁਲਿਸ ਐਂਡ ਆਰਮਡ ਪੁਲਿਸ 2023। ਇਸਦੇ ਵਿੱਚ ਲਿਖਤੀ ਪੇਪਰ ਜੋ ਲਿਆ ਗਿਆ ਸੀ, ਰਿਟਨ ਟੈਸਟ ਲਿਆ ਗਿਆ ਸੀ, ਉਸਦੀ ਜੋ ਕੱਟ ਆਫ ਹੈ Stage 2 ਯਾਨੀ ਕਿ ਫਿਜ਼ੀਕਲ ਟੈਸਟ ਦੇ ਲਈ ਜੀ ਕੱਟ ਆਫ ਜਾਰੀ ਕਰ ਦਿੱਤੀ ਗਈ ਹੈ, ਤੁਸੀਂ ਨੋਟ ਕਰੋ ਜੀ। ਬੈਕਵਰਡ ਕਲਾਸ ਦੇ ਲਈ ਜੀ ਮੇਲ ਕੈਂਡੀਡੇਟ ਦੀ ਗੱਲ ਕਰੀ ਤਾਂ 586.9713 ਵਾਲੇ ਮੇਲ ਉਮੀਦਵਾਰ ਜੀ Stage 2 ਲਈ ਐਲੀਜੀਬਲ ਨੇ ਜੀ, ਅਤੇ ਫੀਮੇਲ ਦੇ ਵਿੱਚ 527.3178 ਵਾਲੇ ਐਲੀਜੀਬਲ ਨੇ ਜੀ। EWS ਦੇ ਵਿੱਚ 581.77928 ਫੀਮੇਲ ਦੇ ਲਈ ਜੀ, 530.20243 ਐਕਸ ਸਰਵਿਸਮੈਨ ਬੈਕਵਰਡ ਕਲਾਸ ਦੇ ਵਿੱਚ ਜੀ 360.48321 ਐਕਸ ਸਰਵਿਸਮੈਨ ਜਰਨਲ ਦੇ ਵਿੱਚ ਗੱਲ ਕਰੀਏ 388.64529 ਐਕਸ ਸਰਵਿਸਮੈਨ SC ਮਾਝਵੀ ਸਿੱਖ ਐਂਡ ਬਾਲਮੀਕੀ ਦੇ ਵਿੱਚ 321.43517 ਐਕਸ ਸਰਵਿਸਮੈਨ ਸ਼ਡਿਊਲ ਕਾਸਟ SC ਰਮਦਾਸੀ ਐਂਡ ਅਦਰਸ ਦੇ ਵਿੱਚ 288.96703 ਜਰਨਲ ਦੀ ਗੱਲ ਕਰੀਏ ਤਾਂ 601.55586 ਜੋ ਹੈ ਮੇਲ ਕੈਂਡੀਡੇਟ, 560.42532 ਫੀਮੇਲ ਕੈਂਡੀਡੇਟ ਦੇ ਲਈ ਆਈ। SC ਲਈ ਦੀ ਗੱਲ ਕਰੀਏ ਮਾਝਵੀ ਸਿੱਖ ਐਂਡ ਬਾਲਮੀਕੀ ਦੇ ਲਈ 499.17553 421.865 ਫੀਮੇਲ ਦੇ ਲਈ ਹੈ ਜੀ। SC ਰਮਦਾਸੀ ਐਂਡ ਆਦਰਸ ਦੇ ਲਈ 568.29506 ਮੇਲ ਦੇ ਲਈ ਜੀ, 503.2846 ਫੀਮੇਲ ਦੇ ਲਈ। ਬਾਰਡਸ ਆਫ ਫਰੀਡਮ ਫਾਈਟਰ ਦੇ ਲਈ ਜੀ 347.4802 ਅਤੇ 379.399 ਫੀਮੇਲ ਦੇ ਲਈ ਜੀ। ਵਾਰਡਸ ਆਫ ਪੁਲਿਸ ਪਰਸਨਲ ਦੇ ਲਈ ਜੀ 359.79075 ਮੇਲ ਕੈਂਡੀਡੇਟ ਦੇ ਲਈ, 345.10334 ਫੀਮੇਲ ਕੈਂਡੀਡੇਟ ਦੇ ਲਈ ਇਹ ਕੱਟ ਆਫ ਜਾਰੀ ਕੀਤੀ ਗਈ। ਤੁਸੀਂ ਚੈੱਕ ਕਰ ਲੈਣਾ, ਉਹਨਾਂ ਵੱਲੋਂ ਲਿਸਟ ਵੀ ਰੋਲ ਜਾਰੀ ਕੀਤੀ ਗਈ ਜੋ ਕਿ 8 ਪੇਜਾਂ ਦੀ ਲਿਸਟ ਜਾਰੀ ਕੀਤੀ ਗਈ ਹੈ, ਤੁਸੀਂ ਚੈੱਕ ਕਰ ਲੈਣਾ ਰੋਲ ਨੰਬਰ ਵਾਈਜ਼। ਇਹ ਸਾਨੂੰ ਤੁਹਾਨੂੰ PDF ਮਿਲ ਜਾਵੇਗੀ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ 'ਤੇ ਜਾਂ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਤੇ। ਇਹ ਸੀ ਅੱਜ ਦਾ ਨੋਟੀਫਿਕੇਸ਼ਨ। ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ, ਕਿਉਂਕਿ ਅਸੀਂ ਬਹੁਤ ਮਿਹਨਤ ਨਾਲ ਤੁਹਾਡੇ ਲਈ ਪੋਸਟਾਂ ਲੱਭ ਕੇ ਲੈ ਕੇ ਆਉਂਦੇ ਹਾਂ, ਜਾਣਕਾਰੀ ਲੱਭ ਕੇ ਲੈ ਕੇ ਆਉਂਦੇ, ਉਸ ਤੋਂ ਬਾਅਦ ਵੀਡੀਓ ਬਣਾਉਣਾ। ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ। ਹੁਣ ਮਿਲਦੇ ਹਾਂ ਨਵੀਆਂ ਪੋਸਟਾਂ ਦੇ ਨਾਲ, ਨਵੀਂ ਵੀਡੀਓ ਦੇ ਨਾਲ। ਤਦ ਤੱਕ ਲਈ ਜੀ ਰੱਬ ਰਾਖਾ।